ਸਤਿ ਸ਼੍ਰੀ ਅਕਾਲ ਜੀ, ਮੈਂ ਅਮ੍ਰਿਤ ਟਿਵਾਣਾ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਫਰੰਟ। ਮੇਰੇ ਨਾਲ ਨੇ ਜੀ ਗੁੱਡੀਆਂ ਪਟੋਲੇ ਟੀਮ ਤੋਂ ਸੋਨਮ ਮੈਮ ਅਤੇ ਤਾਨੀਆ ਮੈਮ। ਮੈਂ ਸੋ ਮੈਮ, ਕੱਲ੍ਹ ਫਿਲਮ ਰਿਲੀਜ਼ ਹੋ ਰਹੀ ਆ, ਕਿੰਨਾ ਕੁ ਨਰਵਸ ਹੋ? ਓਨੈਸਟਲੀ ਨਰਵਸ ਤਾਂ ਮੈਂ ਹੈ, ਬਿਕੋਜ਼ ਪਤਾ ਨਹੀਂ ਪਹਿਲੇ ਕਦੀ ਫਿਲਮਾਂ 'ਚ ਮੈਂ ਨਰਵਸ ਨਹੀਂ ਹੋਈ, ਬਟ ਇਸ ਫਿਲਮ 'ਚ ਹੋ ਰਹੀ ਹਾਂ। ਨਰਵਸ ਤਾਂ ਹੈ ਬਟ ਆਲਸੋ ਐਕਸਾਈਟਿਡ, ਬਿਕੋਜ਼ ਇੰਨੀ ਮਿਹਨਤ ਕੀਤੀ ਆ, ਫਾਈਨਲੀ ਕੱਲ੍ਹ ਫਿਲਮ ਆ ਰਹੀ ਆ। ਸੋ ਮੈਂ ਵੀ ਦੇਖਣਾ ਚਾਹੁੰਦੀ ਹਾਂ ਕਿ ਔਡੀਅੰਸ ਦਾ ਰਿਸਪੋਂਸ ਕਿੱਦਾਂ ਆ। ਐਂਡ ਆਈ ਥਿੰਕ ਇੱਕ ਐਕਟਰ ਲਈ ਇੱਕ ਲਰਨਿੰਗ ਐਕਸਪੀਰੀਅੰਸ ਹੁੰਦਾ, ਯੂ ਨੋ, ਐਵਰੀ ਜਦੋਂ ਤੁਹਾਨੂੰ ਐਕਚੁਅਲ ਔਡੀਅੰਸ ਦਾ ਰਿਸਪੋਂਸ ਮਿਲਦਾ, ਤੁਸੀਂ ਬਹੁਤ ਕੁਛ ਸਿੱਖਦੇ ਵੀ ਹੋ। ਸੋ ਆਈ ਐਮ ਐਕਸਾਈਟਿਡ ਫੋਰ ਟੁਮੋਰੋ। ਮੈਮ ਤੁਸੀਂ ਕਿੱਦਾਂ ਦਾ ਫੀਲ ਕਰ ਰਹੇ ਹੋ? ਮੈਂ ਐਕਸਾਈਟਿਡ ਫੀਲ ਕਰ ਰਹੀ ਹਾਂ ਐਂਡ ਨਰਵਸ ਫੀਲ ਕਰ ਰਹੀ ਹਾਂ। ਮੇਰੇ ਕੋਲ ਵੇਟ ਨਹੀਂ ਹੋ ਰਹੀ ਕਿ ਮੈਂ ਸਵੇਰੇ ਬਸ ਜਾ ਕੇ ਥੀਏਟਰ 'ਚ ਮੈਂ ਆਪ ਬਹਿ ਜਾਣਾ ਮੂਵੀ ਵੇਖਣ, ਕਿ ਵੇਖ ਲੈਣੀ ਬਸ ਮੂਵੀ ਕਿੱਦਾਂ ਦੀ ਲੱਗ ਰਹੀ ਹੈ। ਮੈਮ ਜਿੱਦਾਂ ਦਾ ਤੁਹਾਡਾ ਕਿਰਦਾਰ ਆ ਫਿਲਮ ਦੇ ਵਿੱਚ, ਨਾਨੀ ਦੇ ਨਾਲ ਬਹੁਤ ਜ਼ਿਆਦਾ ਇੰਟਰੈਕਸ਼ਨ ਦਿਖਾਈ ਗਈ ਆ, ਜਿਹੜਾ ਟ੍ਰੇਲਰ ਦੇ ਵਿੱਚ ਦੇਖਣ ਨੂੰ ਮਿਲਿਆ। ਜੇ ਮੈਂ ਰੀਅਲ ਲਾਈਫ ਦੀ ਗੱਲ ਕਰਾਂ, ਤੁਹਾਡੇ ਨਾਨੀ ਜੀ ਦੇ ਨਾਲ ਜੇ ਮੈਂ ਕੰਪੇਅਰ ਕਰੀਏ ਨਿਰਮਲ ਮੈਮ ਦਾ ਕਰੈਕਟਰ, ਤੋ ਕਿੰਨਾ ਕੁ ਸੇਮ ਸੀਗਾ ਜਾਂ ਕੀ ਡਿਫਰੈਂਸ ਸੀ ਉਹਦੇ ਵਿੱਚ? ਐਕਚੁਅਲੀ ਮੇਰੇ ਨਾਨੀ ਜੀ ਵੀ ਬੜੀ ਸਟ੍ਰਿਕਟ ਅਤੇ ਯੂ ਨੋ ਡਿਸਿਪਲਿਨ ਵਾਲੇ ਸੀ। ਦਾਦੀ ਜੀ ਮੇਰੇ ਜਿਹੜੇ ਸੀ, ਉਹਨਾਂ ਨੂੰ ਅਸੀਂ ਕੁਛ ਵੀ ਮਨਮਾਮ ਨੂੰ ਲੈਂਦੇ ਸੀ, ਬਟ ਨਾਨੀ ਨਹੀਂ। ਸੋ ਯਾ, ਮਾਈ ਨਾਨੀ ਵਾਜ਼ ਵੈਰੀ ਸਟ੍ਰਿਕਟ, ਆਈ ਵੁੱਡ ਸੇ। ਬਟ ਮੇਰੀ ਜਿਹੜੀ ਦੋਸਤੀ ਸੀ ਜ਼ਿਆਦਾ, ਉਹ ਮੇਰੀ ਦਾਦੀ ਦੇ ਨਾਲ ਸੀ। ਸੋ ਹਸੀ ਮਜ਼ਾਕ ਜ਼ਿਆਦਾ, ਛੇੜਦੇ ਰਹਿਣਾ ਸਾਰਾ ਟਾਈਮ, ਉਹ ਦਾਦੀ ਦੇ ਨਾਲ ਸੀ। ਬਟ ਡੈਫੀਨੇਟਲੀ ਫਿਲਮ ਦੇ ਦੌਰਾਨ ਅਸੀਂ, ਨਿਰਮਲ ਰਿਸ਼ੀ ਜੀ ਵੀ ਇੱਦਾਂ ਹੀ ਸੀਗੇ, ਉਹ ਕਾਫੀ, ਜੋ ਤੁਸੀਂ ਟ੍ਰੇਲਰ 'ਤੇ ਦੇਖ ਰਹੇ ਹੋ ਕਿ ਉਹਨਾਂ ਨੂੰ ਟ੍ਰੈਡਮਿਲ 'ਤੇ ਅਸੀਂ ਚੜ੍ਹਾ ਰਹੇ ਹਾਂ, ਅਸੀਂ ਉਹਨਾਂ ਦਾ ਮੇਕਅਪ ਕਰਵਾ ਰਹੇ ਹਾਂ, ਫੇਸ ਪੈਕ, ਹੈਰ, ਤੋ ਮੈਮ ਵੀ ਬਹੁਤ ਐਪਰੀਹੈਂਸਿਵ ਸੀਗੇ, ਸਭ ਕਰਨਾ ਨਹੀਂ ਸੀ ਚਾਹੁੰਦੇ। ਬਟ ਉਹ ਬਿਕੋਜ਼ ਸਕ੍ਰਿਪਟ ਦੀ ਰਿਕੁਆਇਰਮੈਂਟ ਸੀ, ਔਰ ਇਹ ਕੁੜੀਆਂ ਜਿੱਦਾਂ ਹੁੰਦਾ ਨਾ ਕਿ ਜੈਨੂਨਲੀ ਨਾਨੀ ਦਾ ਟ੍ਰਾਂਸਫੋਰਮੇਸ਼ਨ ਕਰ ਰਹੀਆਂ ਆ, ਸੋ ਉਹ ਹੋ ਰਿਹਾ ਸੀ। ਤੋ ਇਟ ਵਾਜ਼ ਆਲਮੋਸਟ ਕੁਆਈਟ ਰੀਅਲ, ਕਿ ਰੀਅਲ ਮੈਮ ਪਹਿਲਾਂ ਤਾਂ ਕਹਿੰਦੇ ਸੀ ਨਹੀਂ ਮੈਂ ਆ ਨਹੀਂ ਕਰਨਾ, ਬਟ ਦੈਨ ਲੇਟਰ ਚਲੋ ਉਹਨਾਂ ਨੂੰ ਅਸੀਂ ਮਨਾ ਲੈਂਦੇ ਹੁੰਦੇ ਸੀ। ਸੋ ਉੱਦਾਂ ਦਾ ਹੀ ਸੀਗਾ ਜਿੱਦਾਂ ਦਾਦੀ ਨੂੰ ਕਦੇ ਕਦੇ ਕਹਿਣਾ ਨਿੱਕੇ ਹੁੰਦੇ, ਅੱਛਾ ਆਹ ਬੋਲ ਕੇ ਦਿਖਾਓ, ਆਹ ਕਰਕੇ ਦਿਖਾਓ, ਲਿਆਓ ਤੁਹਾਡਾ ਮੇਕਅਪ ਕਰੀਏ, ਹਰ ਚੀਜ਼ ਉਹਨਾਂ ਨੇ ਨਾ ਹੀ ਕਰਦੇ ਹੁੰਦੇ ਸੀ। ਬਟ ਫਿਰ ਅਸੀਂ ਉਹ ਹੁੰਦਾ ਬੱਚਿਆਂ ਦਾ ਜੀ ਰੱਖਣ ਲਈ ਕਰ ਲੈਂਦੇ ਸੀ। ਸੋ ਸੇਮ ਇੱਦਾਂ ਹੀ ਫਿਲਮ ਦੇ ਵਿੱਚ ਵੀ ਹੋਇਆ ਜੀ। ਮੈਮ ਕਿਸ ਤਰ੍ਹਾਂ ਕਿਰਦਾਰ ਚੂਜ਼ ਕਰਦੇ ਹੋ ਤੁਸੀਂ, ਜੇ ਮੈਂ ਫਿਲਮਾਂ ਦੀ ਗੱਲ ਕਰਾਂ, ਕਿਉਂਕਿ ਜਿਹੜੀਆਂ ਤੁਹਾਡੀਆਂ ਪਹਿਲਾਂ ਫਿਲਮਾਂ ਆਈਆਂ ਜਾਂ ਇਹ ਫਿਲਮਾਂ ਜਾਂ ਅੱਗੇ ਵੀ ਤੁਸੀਂ ਕਰ ਰਹੇ ਹੋ, ਕਿਰਦਾਰ ਚੁਣਨ ਲੱਗੇ ਤੁਸੀਂ ਕੀ ਸੋਚਦੇ ਹੋ, ਕੀ ਸੋਚ ਕੇ ਜਿਹੜਾ ਐਕਸੈਪਟ ਕਰਦੇ ਹੋ ਕਿਰਦਾਰ? ਮੈਂ ਸਟੋਰੀ ਵੇਖਦੀ ਹਾਂ ਐਂਡ ਜੋ ਵੀ ਕਰੈਕਟਰ ਮੈਂ ਚੂਜ਼ ਕਰਨਾ ਹੁੰਦਾ, ਮੈਂ ਵੇਖਦੀ ਹਾਂ ਉਸ ਕਰੈਕਟਰ ਦਾ ਸਟੋਰੀ 'ਚ ਕੀ ਕੰਟਰੀਬਿਊਸ਼ਨ ਹੈ, ਕਿ ਕੀ ਜਦੋਂ ਕੋਈ ਘਰ ਜਾ ਕੇ ਉਹ ਸਟੋਰੀ ਸੁਣਾ ਰਿਹਾ ਜਾਂ ਉਹਨੂੰ ਰਿਮਾਈਂਡ ਕਰ ਰਿਹਾ ਦੁਬਾਰਾ, ਅਤੇ ਉਹ ਕਰੈਕਟਰ ਉਹਦੇ 'ਚ ਆ ਰਿਹਾ, ਕੀ ਉਸ ਕਰੈਕਟਰ ਦਾ ਕੋਈ ਕੰਟਰੀਬਿਊਸ਼ਨ ਸੋਸਾਇਟੀ ਨੂੰ ਜਾ ਰਿਹਾ ਜਾਂ ਉਸ ਸਟੋਰੀ ਨੂੰ ਜਾ ਰਿਹਾ? ਜੇ ਤਾਂ ਹੈਗਾ ਫਿਰ ਉਹ ਜਿੰਨਾ ਮਰਜ਼ੀ ਛੋਟਾ ਕਰੈਕਟਰ ਦੈਨ ਆਈ ਚੂਜ਼ ਫੋਰ ਦੈਟ, ਬਟ ਜੇ ਨਹੀਂ ਹੈਗਾ ਦੈਨ ਆਈ ਡੋਂਟ ਗੋ ਫੋਰ ਇਟ ਜੀ। ਮੈਮ ਜਿਸ ਤਰ੍ਹਾਂ ਪੰਜਾਬੀ ਫਿਲਮਾਂ ਦੀ ਮੈਂ ਗੱਲ ਕਰਾਂ, ਜ਼ਿਆਦਾਤਰ ਫਿਲਮਾਂ ਦੇ ਵਿੱਚ ਪੇਂਡੂ ਕਰੈਕਟਰ ਹੁੰਦੇ ਨੇ ਨਾ ਕੁੜੀਆਂ ਦੇ, ਉਸ ਚੀਜ਼ ਨੂੰ ਕੈਰੀ ਕਰਕੇ ਰੱਖਣਾ, ਅਤੇ ਜਿਹੜਾ ਤੁਹਾਡਾ ਇਹ ਕਿਰਦਾਰ ਆ ਬਹੁਤ ਹੀ ਵੱਖਰਾ ਦੋਵਾਂ ਕਿਰਦਾਰਾਂ ਦੀ, ਜੇ ਮੈਂ ਕੰਪੇਅਰ ਕਰਾਂ, ਹੈ ਨਾ, ਕਿੰਨਾ ਕੁ ਔਖਾ ਸੀ ਉਸ ਚੀਜ਼ ਨੂੰ ਕੈਰੀ ਕਰਕੇ ਰੱਖਣਾ? ਸੀ, ਮੈਨੂੰ ਪੇਂਡੂ ਕਿਰਦਾਰ ਕਰਨ 'ਚ ਜਾਂ ਫਿਰ ਸ਼ਹਿਰੀ ਕਿਰਦਾਰ ਕਰਨ 'ਚ ਕੋਈ ਉਹ ਨਹੀਂ ਲੱਗਦਾ। ਮੈਂ ਪਿੰਡ ਦੀ ਵੀ ਲਾਈਫ ਦੇਖੀ ਆ, ਮੈਂ ਇੱਕਦਮ ਪਿੰਡ ਦੀ ਵੀ ਕੁੜੀ ਬਣ ਸਕਦੀ ਹਾਂ ਅਤੇ ਮੈਂ ਸ਼ਹਿਰੀ ਕੁੜੀ ਵੀ ਬਣ ਸਕਦੀ ਹਾਂ। ਬਟ ਇਹ ਕਿਰਦਾਰ ਮੇਰੇ ਲਈ ਬਹੁਤ ਜ਼ਿਆਦਾ ਚੈਲੇਂਜਿੰਗ ਸੀਗਾ, ਬਿਕੋਜ਼ ਇਹ ਕੁੜੀ ਦਾ ਬੋਲਣ ਦਾ ਤਰੀਕਾ, ਬਹਿਣ ਦਾ, ਉੱਠਣ ਦਾ, ਹਾਂਜੀ, ਉਹ ਮੇਰੇ ਲਈ ਚੈਲੇਂਜ ਸੀਗਾ। ਸੋ ਉਹਦੇ ਲਈ ਅਸੀਂ ਕਾਫੀ ਮਿਹਨਤ ਕੀਤੀ, ਉਹਦੇ ਪੂਰੀ ਕੈਰੈਕਟਰ 'ਤੇ ਬਹੁਤ ਜ਼ਿਆਦਾ ਕੰਮ ਕੀਤਾ। ਸੋ ਆਈ ਥਿੰਕ ਉਹ ਮੇਰੇ ਲਈ ਚੈਲੇਂਜਿੰਗ ਪਾਰਟ ਸੀ, ਬਟ ਐਜ਼ ਐਨ ਐਕਟਰ ਆਈ ਥਿੰਕ ਮੈਨੂੰ ਖੁਸ਼ੀ ਆ ਦੋਨੇ ਯੂ ਨੋ ਕੈਰੈਕਟਰ ਦੋਨੇ ਤਰੀਕੇ ਦੇ ਕਿਰਦਾਰ ਕਰਕੇ, ਚਾਹੇ ਸ਼ਹਿਰ ਦੀ ਕੁੜੀ ਹੋਵੇ ਚਾਹੇ ਪਿੰਡ ਦੀ ਕੁੜੀ ਹੋਵੇ, ਬਸ ਜਸਟਿਸ ਹੋਣਾ ਚਾਹੀਦਾ। ਮੇਰਾ ਏਮ ਇਹ ਹੁੰਦਾ ਕਿ ਲੋਕਾਂ ਨੂੰ ਇਹ ਲੱਗਣਾ ਚਾਹੀਦਾ ਕਿ ਹਾਂ ਇਹ ਜਸਟਿਸ ਕੀਤਾ ਆ ਕਿਰਦਾਰ ਨੂੰ। ਸੋ ਯਾ, ਦੈਟਸ ਦ ਮੇਨ ਇੰਟੈਂਸ਼ਨ ਜੀ। ਮੈਮ ਜੇ ਗੱਲ ਕੀਤੀ ਜਾਵੇ, ਜਦੋਂ ਤੁਸੀਂ ਫਿਲਮ ਦੇ ਵਿੱਚ ਤੁਹਾਡਾ ਪਾਰਟ ਜਿਹੜਾ ਐਂਟਰ ਹੋਇਆ ਜਾਂ ਤੁਸੀਂ ਫਿਲਮ ਦੇ ਨਾਲ ਜੁੜੇ, ਕਿਸ ਤਰ੍ਹਾਂ ਜੁੜੇ? ਕਿਉਂਕਿ ਇੱਕ ਕਹਾਣੀ ਹੁੰਦੀ ਹੈ ਹਰ ਚੀਜ਼ ਪਿੱਛੇ, ਹੈ ਨਾ, ਵੀ ਇੱਦਾਂ ਦਾ ਇੰਸੀਡੈਂਸ ਹੋਇਆ ਜਾਂ ਮੈਨੂੰ ਸਟੋਰੀ ਸੁਣਾਈ ਗਈ, ਸੋ ਕਿਸ ਤਰ੍ਹਾਂ ਦਾ ਕੀ ਸੀਨ ਸੀਗਾ ਉਹ? ਗੁੱਡੀਆਂ ਪਟੋਲੇ ਦਾ ਕਿ ਓਵਰਆਲ ਕਰੀਅਰ? ਜੀ, ਗੁੱਡੀਆਂ ਪਟੋਲੇ ਦਾ ਮੈਮ। ਗੁੱਡੀਆਂ ਪਟੋਲੇ ਦਾ ਮੈਨੂੰ ਕਾਲ ਆਈ ਸੀ ਜਦੋਂ ਆਈ ਵਾਜ਼ ਇਨ ਕੈਨੇਡਾ। ਸੋ ਕਹਿੰਦੇ ਕਿ ਇੱਦਾਂ ਮੂਵੀ ਹੈਗੀ ਹੈ ਕਿ ਸਿਸਟਰਸ ਨੇ ਇੱਦਾਂ ਬਾਹਰ, ਉਹਨਾਂ ਨੇ ਮੈਨੂੰ ਪੂਰੀ ਸਟੋਰੀ ਸੁਣਾਈ ਸੀ ਉੱਥੇ। ਸੋ ਅਗੇਨ ਆਈ ਵੈਂਟ ਫੋਰ ਦ ਸੇਮ ਥਿੰਗ ਕਿ ਕਰੈਕਟਰ ਦਾ ਸਟੋਰੀ 'ਚ ਕੀ ਇੰਪੋਰਟੈਂਸ ਹੈਗੀ। ਮੈਨੂੰ ਸਟੋਰੀ ਇਟ ਸੈਲਫ ਬਹੁਤ ਵਧੀਆ ਲੱਗੀ, ਕਿਉਂਕਿ ਜਗਦੀਪ ਸਰ ਨਾਲ ਮੈਂ ਪਹਿਲੇ ਵੀ ਕਿਸਮਤ 'ਚ ਕੰਮ ਕੀਤਾ, ਤੋ ਉਹਨਾਂ ਦੀ ਹੀ ਇਹ ਵੀ ਸਟੋਰੀ ਸੀਗੀ। ਸੋ ਆਈ ਵਾਜ਼ ਇੰਪ੍ਰੈਸਡ ਬਾਏ ਦ ਸਟੋਰੀ ਕਿ ਬਹੁਤ ਹੀ ਵੱਖਰੀ ਸਟੋਰੀ ਹੈ ਐਂਡ ਸਾਰੇ ਇਮੋਸ਼ਨਸ ਨੇ ਅੱਛੇ ਪ੍ਰੋਪਰਲੀ ਹਰ ਚੀਜ਼ ਨੂੰ ਡਿਫਾਈਨ ਕੀਤਾ ਗਿਆ। ਦੈਨ ਆਈ ਵਾਜ਼ ਲਾਈਕ ਹਾਂ, ਇਹ ਤਾਂ ਕਰਨੀ ਬਣਦੀ ਹੈ ਸਟੋਰੀ ਐਂਡ ਆਈ ਡਿਡ ਇਟ ਜੀ। ਮੈਮ ਪੰਜਾਬੀ ਫਿਲਮ ਇੰਡਸਟਰੀ ਨੂੰ ਜੇ ਮੈਂ ਬਾਲੀਵੁੱਡ ਨਾਲ ਕੰਪੇਅਰ ਕਰਾਂ, ਤਾਂ ਕਿਤੇ ਨਾ ਕਿਤੇ ਇੰਡਸਟਰੀ ਗਰੋ ਬਹੁਤ ਜ਼ਿਆਦਾ ਕਰ ਰਹੀ ਆ, ਪਰ ਹਾਲੇ ਵੀ ਜਿਹੜੀਆਂ ਫਿਲਮਾਂ ਨੇ ਉਹ
ਫੀਮੇਲ ਲੀਡ ਨੂੰ ਲੈ ਕੇ ਜ਼ਿਆਦਾ ਉਹਨਾਂ ਦਾ ਕੰਟਰੀਬਿਊਸ਼ਨ ਨਹੀਂ ਹੁੰਦਾ ਫਿਲਮ ਦੇ ਵਿੱਚ, ਐਕਟਰੈਸ ਵੱਲੋਂ ਵੀ ਇਹ ਸੁਣਨ ਨੂੰ ਮਿਲਦਾ ਵੀ ਇਹ ਸਾਡਾ ਪਾਰਟ ਘੱਟ ਸੀਗਾ ਜਾਂ ਫਿਲਮ ਦੇ ਵਿੱਚ, ਹੈ ਨਾ, ਥੋੜ੍ਹੇ ਕੁਛ ਇਸ ਤਰ੍ਹਾਂ ਦੀਆਂ ਗੱਲਾਂ. ਸੋ ਇਹ ਇਹ ਕਿਉਂ ਹਾਲੇ ਤੱਕ ਵੀ ਇਹ ਚੀਜ਼ ਉੱਭਰ ਕੇ ਸਾਹਮਣੇ ਨਹੀਂ ਆ ਰਹੀ ਵੀ ਜਿੱਦਾਂ ਕੰਗਣਾ ਮੈਮ ਕਰੈਕਟਰ ਕਰਦੇ ਨੇ ਉਹ ਸਿਰਫ ਉਹਨਾਂ ਦਾ ਕਿਰਦਾਰ ਹੁੰਦਾ ਜਿਹੜਾ ਮੇਨ ਹੁੰਦਾ ਫਿਲਮ ਦੇ ਵਿੱਚ, ਉਸ ਤਰ੍ਹਾਂ ਦਾ ਕੰਮ ਕਿਉਂ ਨਹੀਂ ਹੋ ਰਿਹਾ ਪ੍ਰੈਜੈਂਟ ਜਿਵੇਂ ਕਰਕੇ? ਸੀ ਆਪਣਾ ਪੰਜਾਬੀ ਸਿਨੇਮਾ ਜਿਹੜਾ ਆ ਇਹ ਗਰੋਇੰਗ ਸਟੇਜ 'ਤੇ ਆ, ਯੂ ਨੋ, ਅਤੇ ਜੇ ਤੁਸੀਂ ਪਹਿਲਾਂ ਦਾ ਟਾਈਮ ਦੇਖੋ, ਦੌਰ ਦੇਖੋ ਜਦੋਂ ਪੰਜਾਬੀ ਫਿਲਮ ਬਣਦਾ ਸੀ, ਅੱਜ ਦਾ, ਸੋ ਤੁਸੀਂ ਵੀ ਕਹੋਗੇ ਹਾਂ ਚੇਂਜਸ ਤਾਂ ਆ ਰਹੇ. ਜਿੱਦਾਂ ਇੱਕ ਫਿਲਮ ਆਈ ਸੀ ਰੱਬ ਦਾ ਰੇਡੀਓ, ਉਹਦੇ 'ਚ ਕੁੜੀਆਂ ਦਾ ਮੇਨ ਕਿਰਦਾਰ ਸੀਗਾ. ਫਿਰ ਇੱਦਾਂ ਦੀਆਂ ਫਿਲਮਾਂ ਵੀ ਆਈਆਂ ਜਿਹ 'ਚ ਸਿਰਫ ਕੁੜੀ ਮੁੰਡਾ ਇਕੁਅਲ ਪਾਰਟ ਪਲੇ ਕਰਦੇ ਆ. ਸੋ ਇਹ ਤਾਂ ਟਾਈਮ ਟੂ ਟਾਈਮ ਇੱਦਾਂ ਦੀਆਂ ਫਿਲਮਾਂ ਆ ਰਹੀਆਂ. ਸੋ ਹੁਣ ਜਿਹੜੀ ਸਾਡੀ ਫਿਲਮ ਗੁੱਡੀਆਂ ਪਟੋਲੇ ਵੀ, ਉਹ ਵੀ ਜੋ ਕਹਾਣੀ ਸਟਾਰਟ ਹੁੰਦੀ ਆ ਉਹ ਕੁੜੀਆਂ ਤੋਂ ਹੁੰਦੀ ਆ ਕਿ ਜੀ ਕੁੜੀਆਂ ਆਈਆਂ ਆ. ਸੋ ਮੈਂ ਇਹ ਨਹੀਂ ਕਹਿ ਰਹੀ ਕਿ ਮੁੰਡੇ ਦਾ ਰੋਲ ਬਿਲਕੁਲ ਨਿਗਲੈਕਟ ਕਰ ਦਿੱਤਾ ਗਿਆ, ਬਟ ਓਬਵੀਅਸਲੀ ਕੁੜੀਆਂ ਕਿਤੇ ਨਿਗਲੈਕਟ ਨਹੀਂ ਹੋਈਆਂ. ਕੁੜੀਆਂ ਦੇ ਕਿਰਦਾਰ ਨੂੰ ਪ੍ਰੋਪਰ ਓਪਰਚੁਨਿਟੀ ਮਿਲੀ ਹੈ ਇਸ ਕਹਾਣੀ ਵਿੱਚ ਆਪਣੇ ਆਪਣੀ ਸਟੋਰੀ ਕਹਿਣ ਦੀ. ਸੋ ਆਈ ਐਮ ਹੈਪੀ ਅਬਾਊਟ ਦੈਟ. ਅਤੇ ਜਦੋਂ ਇਹ ਫਿਲਮ ਨੂੰ ਲੋਕ ਐਪਰੀਸ਼ੀਏਟ ਕਰਨਗੇ, ਐਕਸੈਪਟ ਕਰਨਗੇ ਕਰਨਗੇ, ਆਈ ਐਮ 100% ਸ਼ੋਰ ਕਿ ਇੱਦਾਂ ਦੀਆਂ ਫਿਲਮਾਂ, ਇਹ ਦੌਰ ਵੀ ਸਟਾਰਟ ਹੋਊਗਾ ਕਿ ਕੁੜੀਆਂ ਦੀ ਕਹਾਣੀ ਵੀ ਸਿਰਫ ਦੱਸੀ ਜਾਵੇ. ਕਿਉਂਕਿ ਡੇ ਟੂ ਡੇ ਲਾਈਫ 'ਚ ਬਹੁਤ ਸਾਰੇ ਇੱਦਾਂ ਹੁੰਦੇ ਆ ਕਿ ਚੀਜ਼ਾਂ ਹੁੰਦੀਆਂ ਕਿ ਜੋ ਕੁੜੀ ਦੇ ਪੁਆਇੰਟ ਤੋਂ ਵੀ ਦੱਸੀਆਂ ਜਾ ਸਕਦੀਆਂ. ਸੋ ਜੇ ਆਹ ਸਕਸੈਸਫੁਲ ਹੁੰਦਾ ਹੈ ਤਾਂ ਆਈ ਐਮ 100% ਸ਼ੋਰ ਕੋਈ ਕਰੇ ਨਾ ਕਰੇ ਮੈਂ ਤਾਂ ਜ਼ਰੂਰ ਕਰੂੰਗੀ, ਯੂ ਨੋ, ਇੱਦਾਂ ਦੀਆਂ ਫਿਲਮਾਂ ਹੋਰ ਜ਼ਿਆਦਾ. ਜੀ ਜੀ ਮੈਮ, ਕਿਸ ਤਰ੍ਹਾਂ ਦੀ ਜਿਹੜੀ ਟੀਮ ਦੇ ਨਾਲ ਤੁਸੀਂ ਅੱਗੇ ਕੰਮ ਕਰਨਾ ਚਾਹੁੰਦੇ ਹੋ ਇਨ ਫਿਊਚਰ? ਕਿਉਂਕਿ ਹਰੇਕ ਆਰਟਿਸਟ ਦਾ ਇੱਕ ਸੁਪਨਾ ਹੁੰਦਾ ਵੀ ਮੈਂ ਫਲਾਣੇ ਐਕਟਰ ਦੇ ਓਪੋਜ਼ਿਟ ਜਿਹੜਾ ਮੈਂ ਕਰੈਕਟਰ ਕਰਾਂ ਜਾਂ ਫਲਾਣੀ ਟੀਮ ਦੇ ਨਾਲ ਕੰਮ ਕਰਾਂ. ਮੈਂ ਅੱਜ ਤੱਕ ਜਿੰਨੀਆਂ ਵੀ ਟੀਮਸ ਮੈਨੂੰ ਮਿਲੀਆਂ, ਬਲੈਸਡ ਇਨਫ ਕਿ ਸਾਰੀਆਂ ਬਹੁਤ ਵਧੀਆ ਮਿਲੀਆਂ. ਈਦਰ ਇਟ ਵਾਜ਼ ਕਿਸਮਤ ਸੀ, ਚਾਹੇ ਸਨ ਆਫ ਮਨਜੀਤ ਸਿੰਘ ਸੀ, ਚਾਹੇ ਗੁੱਡੀਆਂ ਪਟੋਲੇ ਸੀ, ਐਂਡ ਚਾਹੇ ਰੱਬ ਦਾ ਰੇਡੀਓ ਸੀ. ਅੱਗੇ ਵੀ ਮੈਂ ਇੱਦਾਂ ਦੀ ਹੀ ਟੀਮ ਨਾਲ ਕੰਮ ਕਰਨਾ ਚਾਹਾਂਗੀ ਜਿੱਥੋਂ ਮੈਨੂੰ ਸਿੱਖਣ ਨੂੰ ਜ਼ਿਆਦਾ ਮਿਲੇ, ਬਿਕੋਜ਼ ਜਿੰਨਾ ਮੈਂ ਸਿੱਖਦੀ ਰਹਾਂਗੀ ਉੰਨਾ ਹੀ ਮੈਂ ਵਧੀਆ ਪਰਫੋਰਮ ਕਰਦੀ ਰਹਾਂਗੀ. ਸੋ ਇਸ ਟੀਮ ਨਾਲ ਬਹੁਤ ਕੁਝ ਸਿੱਖਿਆ ਮੈਂ, ਕਿਉਂਕਿ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਸਰ ਸੀਗੇ ਸਾਡੇ, ਐਂਡ ਇਜ਼ ਵਨ ਆਫ ਦੀ ਫਾਈਨੈਸਟ ਡਾਇਰੈਕਟਰ ਐਵਰ. ਸੋ ਬਹੁਤ ਕੁਛ ਮੈਂ ਇੱਥੇ ਸਿੱਖਿਆ, ਐਂਡ ਇਸੇ ਤਰ੍ਹਾਂ ਉਹ ਟੀਮਸ ਜੋ ਮੈਨੂੰ ਹੋਰ ਪੋਲਿਸ਼ ਕਰ ਸਕਣ ਜਾਂ ਸਿਖਾ ਸਕਣ, ਮੈਂ ਉਹਨਾਂ ਨਾਲ ਹੀ ਕੰਮ ਅੱਗੇ ਵੀ ਕਰਨਾ ਚਾਹਾਂਗੀ. ਜੀ ਜੀ ਜੀ. ਸੋ ਮੈਮ, ਕੱਲ੍ਹ ਨੂੰ ਫਿਲਮ ਰਿਲੀਜ਼ ਹੋ ਰਹੀ ਹੈ, ਕੀ ਅਪੀਲ ਕਰਨਾ ਚਾਹੋਗੇ ਦਰਸ਼ਕਾਂ ਨੂੰ? ਬਸ ਇਹੀ ਅਪੀਲ ਕਰੂੰਗੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਆਪਣਾ ਪੰਜਾਬੀ ਸਿਨੇਮਾ ਗਰੋ ਕਰੇ, ਇੱਦਾਂ ਦੀਆਂ ਫਿਲਮਾਂ ਆਉਣ ਜਿਹ 'ਚ ਕੁੜੀਆਂ ਨੂੰ ਵੀ ਇਕੁਅਲ ਇੰਪੋਰਟੈਂਸ ਦਿੱਤੀ ਜਾਵੇ, ਸੋ ਪਲੀਜ਼ ਗੋ ਵਾਚ ਆਰ ਫਿਲਮ ਇਨ ਦਾ ਸਿਨੇਮਾਜ਼. ਇਹਨੂੰ ਤੁਸੀਂ ਸਿਨੇਮਾ 'ਚ ਦੇਖ ਕੇ ਆਓ, ਬਿਕੋਜ਼ ਇਟਸ ਸੋ ਇੰਪੋਰਟੈਂਟ ਕਿ ਸਾਡੀ ਫਿਲਮ ਵਧੀਆ ਚੱਲੇ, ਵਧੀਆ ਕੰਮ ਕਰੇ, ਤਾਂ ਕਿ ਅਸੀਂ ਇੱਦਾਂ ਦੀਆਂ ਹੋਰ ਵੀ ਫਿਲਮਾਂ ਬਣਾ ਸਕੀਏ. ਤੁਸੀਂ ਪੂਰੀ ਫੈਮਿਲੀ ਦੇ ਨਾਲ ਜਾ ਕੇ ਇੰਜੋਏ ਕਰ ਸਕਦੇ ਹੋ, ਐਂਡ ਆਈ ਐਮ ਸ਼ੋਰ ਜਿੰਨਾ ਕੁ ਲੋਕ ਟ੍ਰੇਲਰ ਨੂੰ ਦੇਖ ਕੇ ਖੁਸ਼ ਹੋਏ ਆ, ਇੰਜੋਏ ਕੀਤਾ, ਉਸ ਤੋਂ ਬਹੁਤ ਜ਼ਿਆਦਾ ਤੁਸੀਂ ਫਿਲਮ ਦੇਖ ਕੇ ਇੰਜੋਏ ਕਰ. ਗੋ ਵਾਚ ਦ ਫਿਲਮ ਵਿਦ ਯੋਰ ਫੈਮਿਲੀ, ਵਿਦ ਯੋਰ ਫਰੈਂਡਸ, ਐਵਰੀਬਡੀ. ਜੀ ਮੈਮ, ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਬਸ ਸੇਮ ਸੋਨਮ ਵਕਨ ਹੀ ਕਹਿਣਾ ਚਾਹਾਂਗੀ ਕਿ ਗੁੱਡੀਆਂ ਪਟੋਲੇ 'ਚ ਹਰ ਉਹ ਚੀਜ਼ ਹੈ ਜੋ ਤੁਹਾਨੂੰ ਐਂਟਰਟੇਨ ਕਰੇਗੀ, ਜੋ ਤੁਹਾਨੂੰ ਆਪਣੀ ਫੈਮਿਲੀ ਦੇ ਵੀ ਕਲੋਜ਼ ਲਿਆਏਗੀ, ਐਂਡ ਤੁਹਾਨੂੰ ਇਹ ਫੀਲਿੰਗ ਲਿਆਏਗੀ ਕਿ ਯੈਸ, ਵਾਕਈ ਮੂਵੀ ਵਰਥ ਵਾਚਿੰਗ ਸੀ. ਸੋ ਬਸ ਉੱਠ ਕੇ ਕਰਨਾ ਕਿ ਸਿਨੇਮਾ ਘਰਾਂ 'ਚ ਤੁਸੀਂ ਯੂ ਹੈਵ ਟੂ ਗੋ ਟੂ ਦੀ ਥੀਏਟਰਸ ਐਂਡ ਜਾ ਕੇ ਮੂਵੀ ਵੇਖਣੀ. ਇਟ ਇਜ਼ ਓਵਰ, ਗੋ ਵਾਚ ਗੁੱਡੀਆਂ ਪਟੋਲੇ. ਜੀ. ਸੋ ਅਸੀਂ ਵੀ ਪੰਜਾਬੀ ਫਰੰਟ ਵੱਲੋਂ ਤੁਹਾਨੂੰ ਸ਼ੁਭੇਸ਼ਾਵਾਂ ਜਿਹੜੀਆਂ ਭੇਂਟ ਕਰਦੇ ਹਾਂ. ਸੋ ਮੈਮ, ਤੁਸੀਂ ਪੰਜਾਬੀ ਫਰੰਟ ਨੂੰ ਇੰਨਾ ਸਾਰਾ ਟਾਈਮ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ. ਥੈਂਕ ਯੂ ਸੋ ਮਚ. ਥੈਂਕ ਯੂ ਮੈਮ. ਥੈਂਕ ਯੂ ਸੋ ਮਚ ਜੀ. ਸੋ ਮਿਲਦੇ ਹਾਂ ਨੈਕਸਟ ਐਪੀਸੋਡ ਦੇ ਵਿੱਚ ਕਿਸੇ ਨਵੇਂ ਸੈਲੀਬ੍ਰਿਟੀ ਦੇ ਨਾਲ. ਤਦ ਤੱਕ ਲਈ ਬਣੇ ਰਹੋ ਜੀ ਪੰਜਾਬੀ ਫਰੰਟ ਦੇ ਨਾਲ. ਥੈਂਕ ਯੂ.